ਚੂਚੂ ਉਹ ਹੋਟਲ ਦਾ ਬੂਹਾ ਲੰਘ ਕੇ ਸਿੱਧਾ ਤੀਰ ਵਾਂਗੂ ਮੇਰੇ ਵਾਲੀ ਮੇਜ਼ ਤੇ ਆਇਆ ਤੇ ਮੇਰੇ ਸਾਹਮਣੇ ਬਹਿ ਗਿਆ। ਇੱਕ ਦੋ ਪਲ ਆਪਣੀ ਥਾਵੇਂ ਚੁੱਪ ਬੈਠਿਆ ਰਹਿਣ ਮਗਰੋਂ ਉਸ ਹੱਥ ਵਧਾ ਕੇ ਮੇਰੇ ਅੱਗੋਂ ਪਾਣੀ ਦਾ ਗਲਾਸ ਚੁੱਕਿਆ। ਗਲਾਸ ਚ ਮੇਰਾ ਜੂਠਾ ਪਾਣੀ ਪਿਆ ਹੋਇਆ ਸੀ। ਉਸ ਉਹਦੀ ਅਸਲੋਂ ਪ੍ਰਵਾਹ ਨਾ ਕੀਤੀ, ਗਲਾਸ ਮੂੰਹ ਨਾਲ ਲਾ ਲਿਆ ਤੇ ਇੱਕੋ ਸਾਈਡ ਡੀਕ ਲਾ ਕੇ ਪੌਣਾ ਗਲਾਸ ਪਾਣੀ ਪੀ ਗਿਆ। ਮੈਂ ਆਪਣੀ ਚਾਹ ਦਾ ਕੱਪ ਫੜ ਕੇ ਉਹਨੂੰ ਵੇਖਣ ਲੱਗ ਪਿਆ। ਉਹਦੇ ਸਿਰ ਤੇ ਲੰਮੇ ਲੰਮੇ ਵਾਲ ਸਨ, ਕਾਲੇ ਚਿੱਟੇ, ਜਿਨ੍ਹਾਂ ਨੂੰ ਉਸ ਵਿਚਕਾਰੋਂ ਸਮਾਂਦਾ ਕੱਢ ਕੇ ਵਾਹਿਆ ਹੋਇਆ ਸੀ। ਦਾੜੀ ਲੱਗਦਾ ਸੀ ਜਿਵੇਂ ਉਹ ਰੋਜ਼ ਮਨਾਉਂਦਾ ਸੀ, ਪਰ ਉਸ ਵੇਲੇ ਉਹਦੇ ਮੂੰਹ ਤੇ ਦੋ ਕੁ ਦਿਨਾਂ ਦੀ ਦਾੜੀ ਬਖਾਲੀ ਪਈ ਦਿੰਦੀ ਸੀ। ਉਹਦੀ ਦਾੜੀ ਵਿਚ ਵੀ ਚੋਖੇ ਸਾਰੇ ਚਿੱਟੇ ਵਾਲ ਸਨ। ਉਹਦੀਆਂ ਅੱਖਾਂ ਵੱਡੀਆਂ ਵੱਡੀਆਂ ਤੇ ਸੁੱਜੀਆਂ ਹੋਈਆਂ ਸਨ। ਅੱਖਾਂ ਦੀਆਂ ਧੀਰੀਆਂ ਵਿਚ ਕਾਲਕ ਫਿੱਕੀ ਪੈ ਗਈ ਹੋਈ ਸੀ। ਕੱਪੜਿਆਂ ਤੋਂ ਉਹ ਕੋਈ ਕਲਰਕ ਲੱਗਦਾ ਸੀ। ਢਿੱਲੀ ਪਤਲੂਨ ਉੱਤੇ ਖੁੱਲਾ ਜਿਹਾ ਕੋਟ, ਜਿਹਦੇ ਵਿਚੋਂ ਮੈਲੇ ਕਾਲਰ ਪੈ ਦਿਸਦੇ ਸਨ, ਤੇ ਇੱਕ ਭੈੜੇ ਜਿਹੇ ਰੰਗ ਦੀ ਟਾਈ ਵੀ ਨਜ਼ਰੀ ਪੈਂਦੀ ਸੀ। ਪਾਣੀ ਪੀ ਕੇ ਉਸ ਗਲਾਸ ਮੇਜ਼ ਉੱਤੇ ਰੱਖ ਦਿੱਤਾ ਤੇ ਫਿਰ ਦੋਵੇਂ ਹੱਥ ਵੀ ਨਾਲ ਟਕਾ ਦਿੱਤੇ। ਉਹਦੀਆਂ ਲੰਮੀਆਂ ਲੰਮੀਆਂ ਉਂਗਲਾਂ ਦੇ ਨੌ ਵਧੇ ਤੇ ਮੈਲ ਨਾਲ ਭਰੇ ਹੋਏ ਸਨ। ਮੈਂ ਚਾਹ ਪੀਂਦਿਆਂ ਉਹਨੂੰ ਬੜੀ ਚੌਕਸੀ ਨਾਲ ਵੇਖਦਾ ਪਿਆ ਸਾਂ। ਉਹ ਮੂੰਹ ਵਿਚ ਜਿਵੇਂ ਕੋਈ ਮੰਤਰ ਪਿਆ ਕਰਦਾ ਸੀ। ਉਹਦੇ ਦੋਵੇਂ ਬੁੱਲ ਬੜੇ ਤਰੀਖੇ ਪਹਿਲਦੇ ਸਨ, ਨਾਲ ਨਾਲ ਉਹਦੀਆਂ ਅੱਖਾਂ ਤੇ ਬਰਬਿੱਟੇ ਵੀ ਤਾਲ ਪੈ ਦਿੰਦੇ ਸਨ। ਵਿਚ ਵਿਚ ਉਹ ਕਦੀ ਚੋਰੀ ਅੱਖੀ ਮੇਰੇ ਵੱਲ ਵੀ ਇੱਕ ਅੱਧੀ ਬੇਮਲੂਮੀ ਝਾਤ ਪਾ ਲੈਂਦਾ। ਮੈਨੂੰ ਖਿਆਲ ਆਇਆ ਇਸ ਬੰਦੇ ਨੂੰ ਚਾਹ ਦਾ ਤੇ ਪੁੱਛਣਾ ਚਾਹੀਦਾ, ਐਵੇਂ ਕੱਲਿਆਂ ਕੱਲਿਆਂ ਚਾਹ ਪੀਣਾ ਵੀ ਤਾਂ ਕੋਈ ਚੰਗੀ ਗੱਲ ਨਹੀਂ। ਪਰ ਮੇਰੇ ਪੁੱਛਣ ਤੋਂ ਅਗਦੀ ਉਹ ਬਰਬਿਟਿਆਂ ਨੂੰ ਨਚਾਂਦਾ ਹੋਇਆ ਬੋਲ ਪਿਆ, ਜਨਾਬ ਚਾਹ ਦਾ ਆਖਿਆ ਜੇ ਕਿ ਪੀ ਬੈਠੇ ਹੋ? ਮੇਰਾ ਮਤਲਬ ਇਹ ਕਿ ਜੇ ਨਹੀਂ ਜੇ ਪੀਤੀ ਤੇ ਦੋ ਚਾਹਾਂ ਦਾ ਆਖਦੇ ਹਾਂ, ਤੇ ਜੇ ਪੀ ਬੈਠੇ ਹੋ ਤੇ ਹੋਟਲ ਵਾਲਿਆਂ ਨੂੰ ਇੱਕ ਚਾਹ ਆਖ ਦਿਓ, ਮੈਂ ਪੀ ਲਵਾਂਗਾ, ਕੀ ਖਿਆਲ ਹੈ? ਉਹ ਬੜੀ ਮਟਕ ਭਰੀ ਆਵਾਜ਼ ਚ ਆਪਣੀ ਗੱਲ ਆਖ ਕੇ ਫਿਰ ਬੁੱਲਾਂ ਚ ਮੰਤਰ ਪੜਨ ਲੱਗ ਪਿਆ ਬਰਬਿੱਟੇ ਨਚਾਂਦਾ। ਮੈਨੂੰ ਮਾੜਾ ਜਿਹਾ ਹਾਸਾ ਆ ਗਿਆ, ਪਰ ਮੈਂ ਹਾਸਾ ਡੱਕ ਕੇ ਕੋਲੋਂ ਲੰਘਦੇ ਵੇਟਰ ਨੂੰ ਇੱਕ ਚਾਹ ਲਿਆਉਣ ਦਾ ਆਖਿਆ। ਵੇਟਰ ਜਾਣ ਲੱਗਾ ਤੇ ਉਸ ਉਹਨੂੰ ਮਗਰੋਂ ਸੱਦ ਮਾਰੀ, ਉਹ ਮਿਸਟਰ ਜ਼ਰਾ ਸੁਣ ਕੇ। ਵੇਟਰ ਪਰਤ ਆਇਆ, ਜੀ ਸਰ, ਕਿੱਥੇ ਜਾ ਰਹੇ ਹਾਂ ਤੂੰ ਨਸਾ ਨਸਾ? ਉਸ ਬੈਰੇ ਨੂੰ ਪੁੱਛਣਾ ਕੀਤੀ। ਸਰ, ਚਾਹ ਲੈਣ ਤੁਹਾਡੇ ਲਈ, ਵੇਟਰ ਨੇ ਪੂਰਾ ਆਦਰ ਦਿੰਦੇ ਆਖਿਆ। ਮੇਰੇ ਲਈ ਚਾਹ ਲੈਣ ਚੱਲੇ ਆ ਤੇ ਮਿਸਟਰ ਚੇਤੇ ਰੱਖੀ, ਚਾਹ ਇੰਜ ਸੋਨ ਚਿੜੀ ਦੀ ਅੱਖ ਵਰਗੀ ਹੋਣੀ ਚਾਹੀਦੀ ਏ, ਇਕਦਮ ਟੈਟ ਬਿਨਾ ਟੈਟ ਬਟਾ ਟੈਟ। ਸਭ ਲੋਕਾਂ ਦਾ ਖਿਆਲ ਰੱਖਣਾ ਤੁਹਾਡੀ ਜਿੰਮੇਵਾਰੀ ਏ, ਚਲੋ ਜਾਓ, ਜਲਦੀ ਚਾਹ ਲੈ ਕਰ ਆਓ। ਬਿਸਕਿਟ ਤਾਂ ਤੁਸੀਂ ਖਾਓਗੇ? ਉਸ ਹੁਣ ਮੈਨੂੰ ਸੂਲਾ ਮਾਰਦਿਆਂ ਪੁੱਛਿਆ। ਹਾਂ ਖਾਓਗੇ? ਇਸ ਵੇਲੇ ਜੇ ਚਾਹ ਨਾਲ ਕੋਈ ਲਾਈਟ ਸ਼ਾਇ ਹੋ ਜਾਵੇ ਤਾਂ ਕੋਈ ਮਜ਼ਾਇਕਾ ਨਹੀਂ। ਜਾ ਭਾਈ, ਮਿਸਟਰ ਚਾਹ ਮੇਰੇ ਲਈ ਤੇ ਬਿਸਕਿਟ ਮੇਰੇ ਤੇ ਸਾਹਬ ਦੋਵਾਂ ਲਈ ਲੈ ਕੇ ਆ ਫੌਰਨ ਸਪੇਸ਼ਤਰ। ਵੇਟਰ ਨੇ ਇਸ ਨਵੀਂ ਫਰਮਾਇਸ਼ ਤੇ ਮੇਰੇ ਵੱਲ ਤੱਕਿਆ। ਮੈਂ ਆਖਿਆ, ਉਹ ਲੈ ਉਹ ਬਿਸਕੁਟ ਵੀ ਕੋਈ ਚੰਗੇ ਜਿਹਾ। ਵੇਟਰ ਯੱਸਰ ਕਰਕੇ ਟੁਰ ਗਿਆ। ਮੈਨੂੰ ਹੁਣ ਆਪਣੇ ਪ੍ਰਾਹੁਣੇ ਦੀ ਚੌਕੀ ਸਾਰੀ ਸਮਝ ਆ ਗਈ ਸੀ, ਪਰ ਫਿਰ ਵੀ ਮੇਰਾ ਦਿਲ ਉਹਨੂੰ ਨਿਰਾ ਖਾਊ ਯਾਰ ਮੰਨਣ ਤੇ ਰਾਜ਼ੀ ਨਹੀਂ ਸੀ। ਉਹਦੀਆਂ ਗੱਲਾਂ ਉਹਦੇ ਬੋਲਣ ਵਿਚ ਮੈਨੂੰ ਇੱਕ ਚਸ ਬਿਨਾ ਰੰਗ ਬਹਾਲੀ ਪਿਆ ਦਿੰਦਾ ਸੀ ਤੇ ਮੈਂ ਉਹਦਾ ਸਵਾਦ ਲੈਣਾ ਚਾਹੁੰਦਾ ਸਾਂ। ਇਸ ਕਰਕੇ ਮੈਂ ਉਹਦੇ ਨਾਲ ਗੱਲ ਛੋਣ ਮਾਰਿਆਂ ਪੁੱਛਿਆ, ਕੀ ਨਾਂ ਹੈ ਤੁਹਾਡਾ ਜਨਾਬ? ਉਹ ਮੇਰੇ ਵੱਲ ਵੇਖ ਕੇ ਹੱਸ ਪਿਆ। ਮੇਰਾ ਨਾਂ ਪੁੱਛਿਆ ਤੁਸਾਂ? ਕਦੀ ਕੇਲੇ ਨੂੰ ਜਾਂ ਮਾਲਟੇ ਨੂੰ ਵੀ ਪੁੱਛਿਆ ਜੇ ਕਿ ਤੁਹਾਡਾ ਨਾਂ ਕੀ ਏ ਤੇ ਕਿਉਂ ਏ? ਨਹੀਂ ਨਾ ਪੁੱਛਿਆ ਕਦੀ। ਜੇ ਤੇ ਪੁੱਛਿਆ ਤੇ ਫਿਰ ਦੱਸੋ। ਹਾਂ ਦੱਸੋ। ਮੈਂ ਚੁੱਪ ਕਰਕੇ ਉਹਦਾ ਮੂੰਹ ਵੇਖਦਾ ਰਿਹਾ। ਇਹ ਨਾਂ ਸਭ ਹਰ ਕਿਸੇ ਦੇ ਆਪੋ ਆਪਣੇ ਹੀ ਹੁੰਦੇ ਨੇ। ਅੱਛਾ ਚਲੋ ਛੱਡੋ ਤੁਸੀਂ ਮੈਨੂੰ, ਇਹ ਦੱਸੋ ਤੁਹਾਨੂੰ ਚੂਚੂ ਮਿਲਿਆ ਕਦੀ? ਚੂਚੂ
ਕੌਣ ਚੂਚੂ? ਮੈਂ ਹੈਰਾਨ ਹੁੰਦਾ ਪੁੱਛਿਆ, ਮੈਂ ਹੈਰਾਨ ਹੁੰਦਿਆਂ ਪੁੱਛਿਆ। ਉਹ ਫਿਰ ਹੱਸ ਪਿਆ, ਤੁਸੀਂ ਚੂਚੂ ਨੂੰ ਤੇ ਜਾਣਦੇ ਨਹੀਂ ਜੇ, ਤੇ ਮੇਰਾ ਨਾਂ ਪੁੱਛਦੇ ਫਿਰਦੇ ਹੋ। ਵਾਹ ਬਈ ਵਾਹ, ਮੈਂ ਉਹਨੂੰ ਹੋਟਲ ਦੇ ਬਾਹਰ ਖਿਲਾ ਰਿਹਾ, ਖਲੋਤਾ ਹੋਣਾ ਕਿਧਰੇ ਨੁਕਰੇ ਲੱਗ ਕੇ, ਉਡੀਕਦਾ ਰਹਿੰਦਾ ਮੈਨੂੰ। ਹੁਣ ਮੈਂ ਬਾਹਰ ਨਿਕਲਾਂਗਾ ਨਾ ਤਾਂ ਫਿਰ ਮੇਰੀ ਉਂਗਲੀ ਫੜ ਲੈ, ਫੜ ਕੇ ਤੁਰ ਪੈਗਾ। ਇਹ ਤੇ ਜ਼ਿਆਦਤੀ ਕੀਤੀ ਹੈ ਤੁਸੀਂ, ਨਿੱਕੇ ਜਿਹੇ ਬਾਲ ਨੂੰ ਬਾਹਰ ਛੱਡ ਕੇ ਆਪ ਅੰਦਰ ਆ ਵੜੇ। ਮੈਂ ਜਾ ਕੇ ਸੱਦ ਲਿਆ ਵਾ ਉਹਨੂੰ ਅੰਦਰ, ਮੈਂ ਪੁੱਛਿਆ। ਨਹੀਂ ਨਹੀਂ ਨਹੀਂ, ਉਹ ਸਾਨੂੰ ਬਖਾਲੀ ਹੀ ਨਹੀਂ ਦੇਣਾ। ਉਹ ਤਾਂ ਮੈਨੂੰ ਵੀ ਬਖਾਲੀ ਨਹੀਂ ਦਿੰਦਾ, ਮੈਨੂੰ ਵੀ ਉਹ ਤਾਂ ਉਦੋਂ ਪਤਾ ਲੱਗਦਾ ਜੇ ਲੱਗਦਾ ਜਦੋਂ ਉਹ ਆ ਕੇ ਮੇਰੀ ਉਂਗਲੀ ਫੜ ਲੈਂਦਾ ਤੇ ਖਿੱਚਦਿਆਂ ਆਖਦਾ। ਉਹਦੀ ਗੱਲ ਨਾ ਪੂਰੀ ਹੋਈ, ਵਿੱਚ ਵੇਟਰ ਚਾਹ ਤੇ ਬਿਸਕੁਟ ਲੈ ਕੇ ਆ ਗਿਆ। ਉਸ ਚਾਹ ਦਾ ਕੱਪ ਫੜ ਕੇ ਮੇਰੇ ਵੱਲ ਵਧਾਇਆ, ਐ ਲਓ ਚਾਹ ਪੀਓ। ਨਹੀਂ ਮੈਂ ਪੀ ਲਈ ਏ, ਤੁਸੀਂ ਪੀਓ। ਨਹੀਂ ਅੱਧੀ ਅੱਧੀ ਕਰ ਲੈਂਦੇ ਆ। ਉਸ ਮੇਰਾ ਸੱਖਣਾ ਕੱਪ ਫੜ ਲਿਆ ਤੇ ਅੱਧੀ ਚਾਹ ਉਹਦੇ ਵਿੱਚ ਲੁੱਧ ਕੇ ਕੱਪ ਮੇਰੇ ਵੱਲ ਵਧਾ ਦਿੱਤਾ। ਉਹ ਪੀਓ ਨਾ ਬਾਦਸ਼ਾਹ, ਇਹ ਤੇ ਠੰਡੀ ਹੋ ਜਾਵੇਗੀ, ਉਸ ਮੈਨੂੰ ਜ਼ੋਰ ਦਿੰਦਿਆਂ ਆਖਿਆ ਤੇ ਆਪ ਕੱਪ ਮੂੰਹ ਨਾਲ ਲਾ ਲਿਆ। ਅੱਛਾ ਇਹ ਬਿਸਕੁਟ ਤੇ ਖਾਓ, ਮੈਂ ਉਹਦੇ ਵੱਲ ਥਾਲੀ ਵਧਾਈ। ਉਸ ਇੱਕ ਬਿਸਕੁਟ ਚੁੱਕ ਕੇ ਚਾਹ ਦੇ ਕਾਪੇ ਚ ਡੋਬ ਲਿਆ ਤੇ ਖਾਣ ਲੱਗ ਪਿਆ। ਕੀ ਆਖਦਾ ਚੂਚੂ, ਤੁਹਾਡੀ ਉਂਗਲੀ ਫੜ ਕੇ ਖਿੱਚਦੇ ਆ। ਮੈਂ ਗੱਲ ਦੀ ਟੁੱਟੀ ਤੰਦ ਗੰਢਣੀ ਚਾਹੀ, ਆਖਣਾ ਕੀ ਹੁੰਦਾ ਸੁ, ਬਸ ਇਹੋ, ਆ ਜਾ ਚੱਲੀਏ ਦਰਿਆ ਤੇ, ਤੋਤੇ ਚਿੜੀਆਂ ਵੇਖਾਂਗੇ, ਫਿਰ ਪਕਾ ਲਾਂਗੇ ਅਲਫ ਅਨਾਰ ਤੇ ਬੇਬੱਕਰੀ ਆ ਕੇ। ਮੈਂ ਬਥੇਰਾ ਬੁਲਾਨਾ ਉਸ ਨੂੰ ਪਰ ਉਹ ਮੇਰਾ ਖੇੜਾ ਨਹੀਂ ਛੱਡਦਾ। ਅੱਕ ਗਿਆ ਮੈਂ ਸਾਰੀ ਖੇਡ ਤੋਂ, ਰਾਤਾਂ ਦੀ ਨੀਂਦਰ ਹਰਾਮ ਹੋ ਗਈ ਮੇਰੀ, ਸੌਂਦਾ ਨਹੀਂ ਮੈਂ ਉਸਨੂੰ। ਪਹਿਲਾਂ ਇਹ ਚੂਚੂ ਘਰ ਹੀ ਰਹਿੰਦਾ ਸੀ, ਜਦੋਂ ਸ਼ਾਮ ਨੂੰ ਮੈਂ ਘਰ ਜਾਂਦਾ ਸਾਂ ਦਸਤਨ ਥੱਕਿਆ ਟੁੱਟਿਆ, ਇਸ ਪਤਾ ਨਹੀਂ ਕਿੱਥੋਂ ਨਿਕਲ ਆਉਣਾ। ਕੋਠੇ ਦਾ ਬੂਹਾ ਲੰਘਦਿਆਂ ਸਾਰ ਹੀ ਇਸ ਵੱਲ ਖਲੋਣਾ, ਮੈਨੂੰ ਹੱਥ ਫੜ ਕੇ ਖਿੱਚਣਾ ਮੇਰਾ, ਚੱਲ ਦਰਿਆ ਤੇ ਚੱਲੀਏ। ਮੈਂ ਬੜੀ ਕੋਸ਼ਿਸ਼ ਕਰਨੀ ਇਹਨੂੰ ਕਾਰਨਸ ਉੱਤੇ ਪੈ ਕਾਲੀ ਲੱਕੜ ਦੇ ਚੌਕਟੇ ਵਿੱਚ ਵਾੜਨ ਦੀ, ਪਰ ਇਸ ਨਾ ਮੰਨਣਾ ਤੇ ਮੇਰੇ ਸਰਾਂਦੀ ਖਲੋ ਰਹਿਣਾ ਤੇ ਪੰਡੀ ਪਾਈ ਰੱਖਣੀ ਦਰਿਆ ਤੇ ਜਾਣ ਦੀ। ਇਹਦੇ ਦੁੱਖੋਂ ਹੀ ਮੈਂ ਹੁਣ ਆਪਣੇ ਘਰ ਨਹੀਂ ਵੜਦਾ, ਸਾਰੀ ਸਾਰੀ ਰਾਤ ਸੜਕਾਂ ਉੱਤੇ ਫਿਰਦਾ ਰਹਿੰਦਾ, ਆਪਣੇ ਵੱਲੋਂ ਬੂਹੇ ਨੂੰ ਜੰਦਰਾ ਮਾਰ ਆਇਆ ਇਹਨੂੰ ਅੰਦਰ ਦੇ ਕੇ, ਪਰ ਇਹ ਕਿਸੇ ਜੰਦਰੇ ਨੂੰ ਕੁਝ ਨਹੀਂ ਜਾਣਦਾ, ਨਿਕਲ ਆਉਂਦਾ ਕਿਧਰੋਂ ਸ਼ਾਮ ਪੈਂਦਿਆਂ ਸਾਰੀ, ਕੱਢ ਲੈਂਦਾ ਮੇਰੀ ਸੂ, ਜਿੱਥੇ ਵੀ ਹੋਵਾਂ ਉੱਥੇ ਹੀ ਅਵਾਗੁੱਤ ਆ ਰਲਦਾ ਮੇਰੇ ਨਾਲ। ਹੁਣ ਕੁਝ ਦਿਨਾਂ ਤੋਂ ਤੇ ਇਹ ਮੇਰੇ ਦਫ਼ਤਰ ਵੀ ਆਉਣ ਲੱਗ ਪਿਆ, ਮੈਨੂੰ ਕੁਝ ਸਮਝ ਨਹੀਂ ਆਉਂਦੀ ਇਸ ਲਸੂੜੇ ਦੀ ਗਿਠਕ ਕੋਲੋਂ ਕਿਵੇਂ ਜਿੰਦ ਛੁਡਾਵਾਂ ਆਪਣੀ। ਕਈ ਵਾਰੀ ਆਖਿਆ ਮਗਰੋਂ ਲੈ ਜਾ ਮੇਰਿਓ, ਇੱਟਾਂ ਵੀ ਚੁੱਕ ਚੁੱਕ ਕੇ ਮਾਰੀਆਂ ਨੇ, ਪਰ ਇਹਨੂੰ ਤੇ ਜਿਵੇਂ ਹੁੰਦਾ ਹੀ ਕੁਝ ਨਹੀਂ, ਇਹ ਤੇ ਕਿਸੇ ਸ਼ੈ ਨੂੰ ਜਾਣਦਾ ਹੀ ਨਹੀਂ। ਅਸਲੋਂ ਉਹ ਅਕੇਵੇਂ ਤੇ ਰੋਹ ਵਿੱਚ ਆਪਣੇ ਆਪ ਹੀ ਬੋਲਦਾ ਜਾਂਦਾ ਸੀ। ਚੂਚੂ ਇਸ ਤਰ੍ਹਾਂ ਸੀ ਜਿਵੇਂ ਸਾਡੇ ਕੋਲ ਹੀ ਬੈਠਾ ਹੋਇਆ ਸੀ ਤੇ ਉਹ ਚੂਚੂ ਨੂੰ ਮੇਰੇ ਸਾਹਮਣੇ ਝੂਠਾ ਪਿਆ ਕਰਦਾ ਸੀ। ਮੈਂ ਉਹਨੂੰ ਪੁੱਛਿਆ, ਇਹ ਚੂਚੂ ਕੋਈ ਛਲੇਡਾ ਤੇ ਨਹੀਂ ਜਿਹੜਾ ਤੁਹਾਡੇ ਪਿੱਛੇ ਲੱਗ ਗਿਆ ਹੋਇਆ? ਉਹ ਨਹੀਂ, ਛਲੇਡਾ ਕਿਵੇਂ ਹੋ ਗਿਆ, ਛਲੇਡੇ ਕੋਈ ਇੰਜ ਦੇ ਹੁੰਦੇ ਨੇ? ਇਹ ਤੇ ਮੀਦੇ ਕਲੀਗਰ ਦਾ ਕਲਮ ਕੱਲਾ ਮੁੰਡਾ ਹੈ, ਮੇਰਾ ਵੱਡਾ ਭਰਾ ਇਹਨੂੰ ਪੜਾਉਂਦਾ ਹੁੰਦਾ ਸੀ ਘਰ ਜਾ ਕੇ। ਮੀਦੇ ਦੀ ਤੇ ਮੇਰੇ ਭਰਾ ਦੀ ਬੜੀ ਯਾਰੀ ਸੀ, ਸਾਡੇ ਘਰ ਉਦੋਂ ਬੜੇ ਭਾਂਡੇ ਹੁੰਦੇ ਸਨ। ਇਹ ਜਦੋਂ ਦੀ ਮੇਰੀ ਮਾਂ ਮਰੀ ਏ ਉਦੋਂ ਦਾ ਘਰ ਚ ਇੱਕ ਵੀ ਭਾਂਡਾ ਨਹੀਂ ਰਿਹਾ,
ਪਤਾ ਨਹੀਂ ਕਿੱਧਰ ਚਲੇ ਗਿਆ ਨੇ, ਮੈਨੂੰ ਨਹੀਂ ਪਤਾ ਕੁਝ। ਇਹ ਮੀਦਾ ਹਫ਼ਤੀ 15 ਦਿਨੀ ਆਉਂਦਾ ਸੀ ਘਰ ਸਾਡੇ ਤੇ ਪੜਛੱਤੀਆਂ ਤੋਂ ਲਾ ਕੇ ਸਾਰੇ ਭਾਂਡੇ ਆਪੇ ਹੀ ਕਲੀ ਕਰ ਜਾਂਦਾ ਸੀ। ਮੇਰਾ ਭਰਾ ਰੋਜ਼ ਸ਼ਾਮੀ ਇਹਦੇ ਮੁੰਡੇ ਨੂੰ ਪੜਾਉਣ ਜਾਂਦਾ, ਫਿਰ ਉਹਦਾ ਵਲੈਤ ਦਾ ਟਾਂਕਾ ਲੱਗ ਗਿਆ। ਉਹ ਇਹ ਕੰਮ ਮੇਰੇ ਜ਼ਿੰਮੇ ਲਾ ਕੇ ਤੁਰ ਗਿਆ। ਮੈਂ ਇੱਕੋ ਵਾਰ ਗਿਆ ਪੜਾਉਣ ਚੂਚੂ ਨੂੰ, ਆਉਂਦਿਆਂ ਮੈਂ ਆਪਣੀ ਮਾਂ ਨੂੰ ਆਖ ਦਿੱਤਾ, ਬਸ ਬੇਬੇ ਮੇਰੇ ਵਾਲੀ ਬਸ, ਇਸ ਮੁੰਡੇ ਨੂੰ ਮੈਂ ਨਹੀਂ ਜਾਣਾ ਕਰਨਾ ਪੜਾਉਣ। ਮੇਰੀ ਮਾਂ ਕੋਲ ਮੀਦਾ ਵੀ ਆਇਆ, ਮੇਰੀ ਮਾਂ ਨੇ ਆਪ ਵੀ ਮੈਨੂੰ ਬਥੇਰਾ ਆਖਿਆ, ਪੁੱਤਰ ਪੜਾ ਆਇਆ ਕਰ, ਤੇਰਾ ਭਰਾ ਵੀ ਤਾਂ ਜਾਂਦਾ ਹੁੰਦਾ ਸੀ। ਪਰ ਮੈਂ ਨਾ ਮੰਨਿਆ। ਮੈਨੂੰ ਸੱਚੀ ਪੁੱਛਦੇ ਹੋ, ਚੂਚੂ ਨੂੰ ਪੜਾਉਣ ਜਾਣ ਦਾ ਜਿਗਰਾ ਹੀ ਨਹੀਂ ਸੀ ਪੈਂਦਾ, ਸੋ ਮੈਂ ਨਹੀਂ ਗਿਆ। ਚੂਚੂ ਉਦੋਂ ਦੀ ਖਾਰ ਖਾਧੀ ਬੈਠਾ, ਉਦੋਂ ਦਾ ਹੀ ਇਹ ਲੇਸ ਵਾਂਗੂ ਚੰਬੜ ਗਿਆ ਮੈਨੂੰ। ਇਧਰੋਂ ਦੀਵਾ ਬਲਦਾ, ਉਧਰੋਂ ਇਹ ਆ ਜਾਂਦਾ ਤੇ ਲੱਗ ਪੈਂਦਾ ਮੈਨੂੰ ਆਖਣ, ਚੱਲ ਚੱਲੀਏ ਦਰਿਆ ਤੇ, ਤੋਤੇ ਚਿੜੀਆਂ ਵੇਖਾਂਗੇ ਤੇ ਫਿਰ ਆਣ ਕੇ ਪਕਾ ਲਵਾਂਗੇ ਅਲਫਨਾਰ ਤੇ ਬੇਬੱਕਰੀ। ਅੱਗੇ ਦਫ਼ਤਰ ਦੇ ਮੋਰਚੇ ਚ ਮੇਰਾ ਦਿਨ ਲੰਘ ਜਾਂਦਾ ਹੁੰਦਾ ਸੀ, ਪਰ ਹੁਣ ਉਥੋਂ ਵੀ ਇਹ ਨਿਕਲ ਆਉਂਦਾ, ਸੁੱਤੇ ਸਿੱਧੀ ਆਪ ਧਰਾਪਾ ਤੇ ਲੱਗ ਪੈਂਦਾ ਬਿਲਕੁਲ। ਹੁਣ ਤੁਸੀਂ ਆਪ ਹੀ ਦੱਸੋ ਮੈਂ ਕਿੱਥੇ ਚਲਾ ਜਾਵਾਂ, ਪਰ ਮੈਂ ਕਿਧਰੇ ਵੀ ਨਹੀਂ ਜਾ ਸਕਦਾ। ਇੱਥੇ ਮੇਰੀ ਮਾਂ ਦੀਆਂ ਹੱਡੀਆਂ ਨੇ, ਮੇਰੇ ਪਿਓ ਦੀ ਕਬਰ ਵੀ ਇੱਥੇ ਹੀ ਹੈ, ਕਿਸੇ ਹੋਰ ਥਾਂ ਉੱਤੇ ਤੇ ਮੈਂ ਜਾ ਹੀ ਨਹੀਂ ਸਕਦਾ। ਜੇ ਜਾਵਾਂ ਵੀ ਤੇ ਚੂਚੂ ਮੈਨੂੰ ਦਿਸਦਾ ਹੈ ਕਿ ਉੱਥੇ ਵੀ ਆ ਜਾਵੇਗਾ। ਇਸੇ ਤਰ੍ਹਾਂ